ਬਬਲੂ ਨਾਮ ਆ। ਬਬਲੂ ਕੀ ਹੋਇਆ ਸੀ, ਕਿਹਨੇ ਮਾਰਿਆ ਤੁਹਾਨੂੰ? ਮੈਨੂੰ ਇਹ ਨਾਮ ਤਾਂ ਪਤਾ ਨਹੀਂ, ਉਹਨਾਂ ਦੇ ਸੱਤ ਅੱਠ ਜਣੇ ਸੀਗੇ ਅਤੇ ਮੈਂ ਗੇਟ 'ਤੇ ਅੰਦਰ ਹੀ ਖੜਾ ਸੀਗਾ। ਮੈਂ ਦੇਖਿਆ ਮੁੰਡੇ ਬਾਹਰ ਆਏ ਸੀਗੇ ਅਤੇ ਉਹਨਾਂ ਨੇ ਆਵਾਜ਼ ਮਾਰੀ ਮੈਨੂੰ, ਆਵਾਜ਼ ਮਾਰ ਕੇ ਬਾਹਰ ਬੁਲਾਇਆ ਇਹਨਾਂ ਨੂੰ। ਕਹਿੰਦੇ ਵੀ ਹਾਂ ਬਈ ਤੂੰ ਜਾਣਦਾ, ਤੂੰ ਮੈਨੂੰ ਇੰਨੀ ਗੱਲ ਕਹੀ, ਫਿਰ ਮੈਨੂੰ ਮਾਰਨ ਲੱਗ ਗਏ ਸੀ। ਇੱਕ ਵਜੇ ਨਹੀਂ ਪਤਾ ਲੱਗਿਆ ਵੀ ਪਹਿਲਾਂ ਸਿਰ 'ਚ ਮਾਰਿਆ, ਫਿਰ ਮੈਨੂੰ ਹੋਸ਼ ਨਹੀਂ ਸੀਗਾ, ਫਿਰ ਮੈਨੂੰ ਕਿੰਨੇ ਕਿੰਨੇ ਪਤਾ ਹੀ ਨਹੀਂ ਲੱਗਿਆ ਕੀ ਮਾਰਿਆ। ਉਹਦੇ ਚਾਕੂ ਮਾਰਿਆ ਇੰਨਾ ਪਤਾ ਲੱਗਿਆ ਬਾਅਦ 'ਚ, ਫਿਰ ਅਤੇ ਸਿਰ 'ਤੇ ਵੀ ਵਾਰ ਕੀਤਾ ਮੇਰੇ। ਬੰਦੇ ਪਛਾਣਦੇ ਹੋ ਕੀ ਕੌਣ ਸੀਗੇ ਬੰਦੇ? ਇੱਕ ਤਾਂ ਉਹਨੂੰ ਜਾਣਦਾ ਹੀ, ਵੈਸੇ ਮੈਂ ਦੇਖੇ ਨੇ ਆਪ ਸ਼ਕਲਾਂ, ਪਛਾਣ ਲਵਾਂਗਾ ਜੇ ਖੜੇ ਹੋ। ਲੜਾਈ ਕਿਸ ਗੱਲ ਤੋਂ ਹੋਈ? ਪਤਾ ਨਹੀਂ, ਐਂ ਤਾਂ ਮੈਨੂੰ ਕੋਈ ਨਹੀਂ, ਕੋਈ ਤੁਹਾਨੂੰ ਨਹੀਂ ਕਹਾਂਗਾ ਕਿ ਕੋਈ ਗੱਲ ਲੜਾਈ ਝਗੜਾ ਹੈ ਨਹੀਂ। ਮਾਮਲਾ ਹੋਇਆ ਕੀ, ਮਾਮਲਾ ਕੀ ਹੈ? ਹਾਂਜੀ, ਸਾਨੂੰ ਰਿੰਦਰ ਹਸਪਤਾਲ ਤੋਂ ਇੰਟੀਮੇਸ਼ਨ ਆਈ ਸੀ ਕਿ ਬਬਲੂ ਨਾਂ ਦਾ ਲੜਕਾ ਜਦੋਂ ਲੜਾਈ ਝਗੜਾ ਹੋਣ ਨਾਲ ਇੰਜਰਡ ਹੋ ਕੇ ਦਾਖਲਾ ਰਜਿੰਦਰਾ 'ਚ, ਉਹਦਾ ਬਿਆਨ ਲੈ ਕੇ ਅਸੀਂ ਫਰਦਰ ਇਨਵੈਸਟੀਗੇਟ ਕਰਾਂਗੇ ਐਫ ਆਈ ਆਰ ਦਰਜ ਕਰਕੇ। ਸਰ ਕਿਸ ਗੱਲ 'ਤੇ ਵਾਰ ਰਹੇ ਆ, ਕੀ ਕੁਝ ਪਤਾ ਲੱਗਿਆ ਸਰ? ਲੜਾਈ ਕਿਸ ਗੱਲ ਨੂੰ ਲੈ ਕੇ ਹੋਈ ਪੂਰੇ ਚਾਰੇ ਦੇ? ਉਹਨਾਂ ਦਾ ਕੋਈ ਪੁਰਾਣਾ ਕੋਈ ਵਿਆਹ ਨੂੰ ਲੈ ਕੇ ਕਿਤੇ ਪਹਿਲਾਂ ਲੜਾਈ ਝਗੜਾ ਹੋਇਆ ਸੀ, ਮਾੜੀ ਮੋਟੀ ਰੰਜਿਸ਼ ਚੱਲਦੀ ਸੀ, ਉਸ ਨੂੰ ਲੈ ਕੇ ਹੋਇਆ। ਸਰ ਸੱਟ ਕਿੰਨੀ ਕੁ ਲੱਗੀ ਹੈ? ਮੈਡਮ, MLR ਦੇ ਮੁਤਾਬਕ ਦੋ ਸੱਟਾਂ ਨੇ, ਇੱਕ ਸ਼ਾਰਪ ਹੈ, ਇੱਕ ਬਲੰਟ ਜੀ, ਦੋ ਸੱਟਾਂ ਲੱਗਣੀਆਂ ਪਾਈਆਂ ਗਈਆਂ। ਅਤੇ ਕੀ ਬੰਦੀ ਕਾਰਵਾਈ ਕੀਤੀ ਜਾਏਗੀ? ਮੈਡਮ, ਬਿਆਨ ਹਾਸਲ ਕਰਨ ਗਿਆ ਹੋਇਆ ਸਾਡਾ ASI ਗਿਆਨ ਸਿੰਘ, ਜਿਵੇਂ ਵੀ ਉਹ ਬਿਆਨ ਲਿਖਾਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਜਿਵੇਂ ਕਿ ਛੋਟੇ ਛੋਟੇ ਬੱਚੇ ਵੈਪਨ ਰੱਖ ਕੇ ਘੁੰਮ ਰਹੇ ਨੇ, ਕੀ ਇਹ ਸਹੀ ਗੱਲ ਹੈ? ਬਿਲਕੁਲ ਗਲਤ ਗੱਲ ਹੈ ਜੀ। ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਪਬਲਿਕ ਨੂੰ ਇਹੀ ਮੈਸੇਜ ਹੈ ਜੀ, ਜੋ ਵੀ ਕਾਨੂੰਨ ਦੇ ਖਿਲਾਫ ਜਾਊਗਾ ਉਹਦੇ ਮੁਤਾਬਕ ਕਾਨੂੰਨ ਕਾਰਵਾਈ ਕੀਤੀ ਜਾਊਗੀ। ਕੀ ਨਾਮ ਹੈ ਤੁਹਾਡਾ? ਮੇਰਾ ਸਪਨਾ ਜੀ। ਕਿੱਥੇ ਦੇ ਰਹਿਣਾ ਹੈ? 9 ਨੰਬਰ ਗਲੀ 'ਚ। ਨੌ ਨੰਬਰ ਗਲੀ ਆਨੰਦਗੜ੍ਹ ਦੇ। ਕੀ ਹੋਇਆ ਤੁਹਾਡੇ ਬੇਟੇ ਨਾਲ? ਬਸ ਜੀ, ਉੱਥੇ ਪਾਰਟੀ ਸੀ, ਬੁਲਾ ਲਿਆ ਬਾਹਰ, ਅੰਦਰ ਸੀ ਜੀ, ਜਿਹਦੀ ਹੱਕ ਮਾਰਿਆ ਅੰਦਰ ਉਸ ਘਸੀਟ ਕੇ ਮਾਰਿਆ, 6-7 ਜਣੇ ਸੀ। ਬਬਲੂ ਪੜ੍ਹਦਾ ਸੀ? ਨਹੀਂ, ਉਹ ਸਕੂਲ ਨਹੀਂ ਗਿਆ। ਕੰਮ ਕਰਦਾ ਸੀ? ਹਾਂ, ਫੋਟੋਆਂ ਦਾ ਕੰਮ ਕਰਦਾ ਸੀ, ਉਹਦੇ ਘਰ ਹੀ ਸੀ, ਮਤਲਬ ਗਿਆ ਨਹੀਂ ਸੀ ਕਿੰਨੇ ਦਿਨ ਸੀ। ਕੌਣ ਬੰਦੇ ਸੀ ਇਹਨਾਂ ਨੇ ਮਾਰਿਆ? ਜਾਣਦੇ? ਪਤਾ ਨਹੀਂ, ਮੈਂ ਨਹੀਂ। ਪਹਿਲੇ ਵੀ ਲੜਾਈ ਹੋਈ ਸੀ? ਕਦੀ ਨਹੀਂ, ਮੁੰਡਾ ਮੇਰਾ ਤਾਂ ਆਇਆ ਨਹੀਂ, ਨਸੇ ਪੱਤੇ ਵਾਲਾ ਵੀ ਨਹੀਂ। ਕਾਰਨ ਕਿਰਿਆ ਕਰਵਾ ਕੇ ਮਾਰਿਆ? ਕਾਰਨ? ਹਾਂਜੀ, ਕਿਉਂ ਮਾਰਿਆ? ਕਰਿਆ ਘਰੇ ਕੁਛ ਨਹੀਂ ਪਤਾ, ਪੁੱਛ ਰਹੇ ਸੀ ਕਿ ਮੈਨੂੰ ਜਾਣਦਾ, ਇਹ ਕਰ ਮੈਂ ਨਹੀਂ ਪਹਿਚਾਣਦਾ, ਜਦੀ ਫੜ ਲਿਆ। ਕੀ ਮਾਰਿਆ? ਚੱਕੂ ਹੱਥ 'ਚ ਸੀ ਉਹ, ਮੇਰੇ ਸਾਹਮਣੇ ਹੀ ਮਾਰਿਆ, ਮੈਂ ਇਕੱਲੀ ਸੀ, ਕੋਈ ਨਹੀਂ ਸੀ ਵਾਂ। ਕਿੰਨੇ ਮੁੰਡੇ? 11 ਵਜੇ ਰਾਤ ਟਾਈਮ ਸੀ। ਕਿੰਨੇ ਮੁੰਡੇ ਆਏ? 6-7 ਜਣੇ ਸੀ, ਮੋਟਰਸਾਈਕਲ 2 ਲਈ ਰੱਖੇ ਸੀ। ਹਾਂਜੀ, ਥਾਣੇ ਗਏ ਸੀ, ਥਾਣੇ ਵਾਲੇ ਕੋਈ ਨਹੀਂ ਸੁਣਵਾਈ ਕਰ ਰਹੀ, ਭੱਜ ਕੇ ਪੈ ਰਹੇ ਜੇ। ਇੱਕ ਮੁੰਡਾ ਅਸੀਂ ਫੜ ਕੇ ਵੀ ਕਰਿਆ ਅੰਦਰ, ਉਸੇ ਰਾਤ ਨੂੰ ਤੋਰਤਾ, ਫਿਰ ਸਵੇਰ ਨੂੰ ਗਿਆ ਹਾਂ ਆਹ ਤਿੜਕੜੀ ਥਾਣੇ ਦੇ। ਕੀ ਕਰ ਵਿੱਚ? ਹਾਂਜੀ, ਕਿਤੇ ਨਹੀਂ ਕਰ ਵਿੱਚ ਆਉਂਦੇ? ਬਸ ਮੇਰੇ ਮੁੰਡੇ ਨੂੰ ਹਿਸਾਬ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ। ਮੇਰਾ ਮੁੰਡਾ ਇਕੱਲਾ ਇਕੱਲਾ, ਮੇਰੇ ਸਿਰ 'ਚ ਕੋਈ ਨਹੀਂ ਹੈਗਾ, ਮੈਂ ਪੋਚੇ ਲਾਉਂਦੀ ਘਰਾਂ 'ਚ, ਮੈਂ ਬੱਚਾ ਪਾਲਿਆ ਝੂਟੇ, ਮੇਰੇ ਬੁਰਾ ਹਾਲ ਕੀਤਾ ਮੁੰਡੇ ਨੂੰ। ਕਿੰਨੇ ਦਿਨ ਹੋ ਗਏ? ਪਰਸੋਂ ਰਾਤ ਤੱਕ ਕੀਤਾ। ਆਪੇ ਤਾਂ ਖੁਦ ਨਹੀਂ ਪਤਾ ਮੈਂ ਪਿੱਛੇ ਪਿੱਛੇ ਆਈ, ਕੌਣ ਹੈ? ਮੈਂ ਸੋਚਿਆ ਦੋਸਤ ਹੋਣਗੇ, ਦੋਸਤ ਕੋਈ ਨਹੀਂ ਸੀ, ਮੈਂ ਜਾਣਦੀ ਦੋਸਤ, ਲੇਕਿਨ ਇਹ ਦੋਸਤ ਨਹੀਂ।